ਸੋ ਅਸੀਂ ਇਸ ਪ੍ਰੈਸ ਕਾਨਫਰੰਸ 'ਚ ਇਹੀ ਦੱਸਣਾ ਚਾਹੁੰਦੇ ਹਾਂ ਕਿ ਵਾਤਾਵਰਨ ਦਾ ਜਿਹੜਾ ਵਾਤਾਵਰਨ ਲਹਿਰ ਈਕੋ ਸਿੱਖ ਵੱਲੋਂ ਚਲਾਈ ਗਈ ਹੈ ਇਹਦੇ ਨਾਲ ਜਿਹੜੇ ਸਿੱਖਾਂ ਦੇ ਉੱਤੇ ਆਈਡੈਂਟੀ ਕ੍ਰਾਈਸਿਸ ਨੇ ਇਹਨੂੰ ਮਿਟਾਉਣ ਲਈ ਇਹੀ ਇੱਕ ਲੀਡਰਸ਼ਿਪ ਪ੍ਰੋਗਰਾਮ ਹੈ ਕਿ ਸਿੱਖ ਵਾਤਾਵਰਨ ਦਿਵਸ ਦੇ ਰਾਹੀਂ ਅਸੀਂ ਸਾਰੀ ਦੁਨੀਆ ਭਰ 'ਚ ਰੁੱਖ ਲਗਾ ਕੇ ਪਾਣੀ ਬਚਾ ਕੇ ਅਤੇ ਔਰਗੈਨਿਕ ਫੂਡ ਸਟਾਰਟ ਕਰਕੇ ਸਿੱਖਾਂ ਦਾ ਨਾਮ ਅਤੇ ਪੱਗ ਦਾ ਨਾਂ ਜਿਹੜਾ ਹੋਰ ਰੋਸ਼ਨ ਕਰੀਏ ਕਿਉਂਕਿ ਰੀਸੈਂਟਲੀ ਜਿਹੜਾ UK ਪਾਰਲੀਮੈਂਟ ਦੇ ਅੱਗੇ ਬਿਲਕੁਲ ਜਿਹੜੀ ਈਕੋ ਸਿੱਖ ਟੀਮ ਦੇ ਟਰਬਨ ਦੇ ਉੱਤੇ ਅਟੈਕ ਹੋਇਆ ਸਾਡੇ ਦੋਵਾਂ 'ਤੇ ਅਟੈਕ ਹੋਇਆ ਇਹ ਦੁਬਾਰਾ ਨੂੰ ਦੁਹਰਾਇਆ ਜਾਵੇ। ਦੂਜਾ ਇਹ ਕਿ ਮੁਸਲਮਾਨ ਭਾਈਚਾਰੇ ਦੇ ਉੱਤੇ ਵੀ ਇਹ ਅਟੈਕ ਹੈ ਕਿਉਂਕਿ ਸਾਨੂੰ ਮੁਸਲਮਾਨ ਨੂੰ ਭੱਜ ਜਾਓ ਕਹਿ ਕੇ ਇਹ ਕਿਹਾ ਗਿਆ ਜਿਹੜਾ ਕਿ ਮੰਦਭਾਗ ਹੈ ਕਿ ਟੈਰੋਰਿਜ਼ਮ ਕਰਕੇ ਦੋ ਕਮਿਊਨਿਟੀਜ਼ ਸਫ਼ਰ ਕਰ ਰਹੀਆਂ ਇਹ ਬੜੀ ਗਲਤ ਗੱਲ ਹੈ ਅਤੇ UK ਪਾਰਲੀਮੈਂਟ ਨੇ ਜਿਹੜਾ ਇਹਦਾ ਕੰਡੈਮ ਕੀਤਾ ਅਤੇ ਉਹਨਾਂ ਨੇ ਸੰਦੇਸ਼ ਭੇਜਿਆ ਮਾਫ਼ੀਨਾਮਾ ਭੇਜਿਆ ਅਤੇ ਲਿਖਤੀ ਮਾਫ਼ੀਨਾਮਾ ਵੀ ਭੇਜਣਾ ਉਹਨਾਂ ਨੇ ਇਹ ਸਾਡੇ ਲਈ ਇੱਕ ਯੂਨੋ ਸੈਂਸਿਟਿਵ ਥਿੰਗ ਹੈ ਅਸੀਂ ਉਹਨਾਂ ਦੇ ਥੈਂਕਫੁੱਲ ਹਾਂ ਕਿ ਉਹਨਾਂ ਨੇ ਬੜੀ ਕੇਅਰਫੁੱਲੀ ਸਾਡੇ ਜਿਹੜੇ ਹੱਕਾਂ ਦੀ ਗੱਲ ਕੀਤੀ ਹੈ ਉਹਨੂੰ ਢੇਸੀ ਸਾਹਿਬ ਨੇ ਉਸ ਲੀਡਰਸ਼ਿਪ ਰੋਲ ਨੂੰ ਅਦਾ ਕੀਤਾ ਸਿੱਖ ਕਮਿਊਨਿਟੀ ਨੇ ਅਦਾ ਕੀਤਾ ਸਾਡੇ ਨਾਲ ਸਾਰੀਆਂ ਜਥੇਬੰਦੀਆਂ ਖੜੀਆਂ ਅਤੇ ਸਾਡੇ ਪ੍ਰੋਟੈਕਸ਼ਨ ਲਈ ਪੱਗ ਦੀ ਪ੍ਰੋਟੈਕਸ਼ਨ ਲਈ ਧਰਮ ਦੀ ਪ੍ਰੋਟੈਕਸ਼ਨ ਲਈ ਸਾਰੇ ਨਾਲ ਇੱਕਜੁੱਟ ਹੋ ਕੇ ਅਸੀਂ ਚੱਲ ਰਹੇ ਹਾਂ ਅਤੇ ਹੋਰ ਜੋ ਪਾਰਲੀਮੈਂਟ ਦੇ ਵਿੱਚ ਹੋਇਆ ਅਤੇ ਉਹ ਅਟੈਕ ਜਦੋਂ ਪਾਰਲੀਮੈਂਟ ਦੇ ਬਾਹਰ ਹੋਇਆ ਤੁਸੀਂ ਉੱਥੇ ਕਰਨ ਕੀ ਗਏ ਸੀ ਥੋੜ੍ਹਾ ਬਰੀਫ ਕਰ ਦਿਓ ਅਸੀਂ ਸਿੱਖ MP ਜਿਹੜੇ ਪਾਰਲੀਮੈਂਟ ਦੇ ਨੇ ਸਰਦਾਰ ਤਨਮਨਜੀਤ ਸਿੰਘ ਢੇਸੀ ਨਾਲ ਸਿੱਖ ਵਾਤਾਵਰਨ ਦਿਵਸ ਬਾਰੇ ਅਤੇ ਜਿਹੜੀ ਸਿੱਖਾਂ ਵੱਲੋਂ ਵਾਤਾਵਰਨ ਲਹਿਰ ਨੂੰ UK ਦੇ ਵਿੱਚ ਐਸਟੈਬਲਿਸ਼ ਕਰਨ ਲਈ ਇੱਕ ਬੜੀ ਮੀਟਿੰਗ ਕਰਨ ਗਏ ਸੀ ਵੱਡੀ ਜਿਹੜੀ ਕਿ 2 ਹਫ਼ਤੇ ਪਹਿਲਾਂ ਅਸੀਂ ਉਹਨਾਂ ਨਾਲ ਅਪੁਆਇੰਟਮੈਂਟ ਲਈ ਸੀ ਅਤੇ ਉਹ ਮੀਟਿੰਗ ਕਰਨ ਦੇ ਦੌਰਾਨ ਉਸ ਤੋਂ ਪਹਿਲਾਂ ਹੀ ਜਿਹੜਾ 10 ਮਿੰਟ ਪਹਿਲੇ ਇਹ ਅਟੈਕ ਹੋਇਆ ਜਦੋਂ ਕਿ ਮੈਂ ਅਤੇ ਜਸਪ੍ਰੀਤ ਸਿੰਘ ਅਸੀਂ ਲਾਈਨ ਦੇ ਵਿੱਚ ਖੜ੍ਹੇ ਸੀ ਟੂਵਰਡਸ ਪਾਰਲੀਮੈਂਟ ਦੇ ਬਾਹਰ ਹੀ ਅਤੇ ਉਹ ਜਿਹੜਾ ਨੌਜਵਾਨ ਸੀਗਾ ਸਾਡੇ ਵੱਲ ਭੱਜਾ ਆਇਆ। ਹਾਂਜੀ, ਤਾਂ ਉਹ ਭੱਜ ਕੇ ਪਹਿਲਾਂ ਸਾਡੇ ਵੱਲ ਜਦੋਂ ਅਸੀਂ ਖੜ੍ਹੇ ਸੀਗੇ ਉਹ ਭੱਜ ਕੇ ਸਾਡੇ ਵੱਲ ਆਇਆ ਤਾਂ ਅਸੀਂ ਬਚਾਅ ਕਰਕੇ ਅਸੀਂ ਖੰਭੇ ਦੇ ਪਿੱਛੇ ਹੋ ਗਏ, ਪਰ ਦੂਜੀ ਵਾਰ ਜਦੋਂ ਅਸੀਂ ਦੇਖਿਆ ਉਹ ਸਾਡੇ ਵੱਲ ਆਇਆ ਅਤੇ ਅਸੀਂ ਉਹਦੇ ਵੱਲੋਂ ਅੱਖਾਂ ਫੇਰ ਲਈਆਂ, ਪਰ ਉਹਨੇ ਪਰਵਾਹ ਨਹੀਂ ਕੀਤੀ, ਮੇਰੀ ਪੱਗ ਨੂੰ ਹੱਥ ਪਾ ਕੇ ਬਹੁਤ ਜ਼ੋਰ ਦੀ ਖਿੱਚਿਆ ਅਤੇ ਸਾਨੂੰ ਜਿਹੜਾ ਮੁਸਲਮਾਨ ਕਹਿ ਕੇ ਕਿ ਤੁਸੀਂ ਇੱਥੋਂ ਚੱਲ ਜਾਓ ਇਹ ਗੱਲਾਂ ਕਹਿ ਕੇ ਉਹਨੇ ਯੂਨੋ ਆਪਣਾ ਜਿਹੜਾ ਕੰਮ ਕਰਕੇ ਉਹ ਦੌੜ ਗਿਆ ਅਤੇ ਸਾਨੂੰ ਫਿਰ ਸਾਰਿਆਂ ਨੇ ਮਾਫ਼ੀ ਮੰਗੀ, ਜਿੰਨੇ ਲੋਕ ਉੱਥੇ ਆਲੇ ਦੁਆਲੇ ਖੜ੍ਹੇ ਸੀ ਇਕੱਲੇ ਇਕੱਲੇ ਨੇ ਮਾਫ਼ੀ ਮੰਗੀ, ਸਿਕਿਉਰਿਟੀ ਵਾਲਿਆਂ ਨੇ ਮਾਫ਼ੀ ਮੰਗੀ, ਪੁਲਿਸ ਵਾਲਿਆਂ ਨੇ ਮਾਫ਼ੀ ਮੰਗੀ, MP ਸਰਦਾਰ ਢੇਸੀ ਨੇ ਮਾਫ਼ੀ ਮੰਗੀ ਅਤੇ ਕੱਲ੍ਹ ਪਾਰਲੀਮੈਂਟ ਦੇ ਵਿੱਚ ਜਿਹੜੇ ਉਹ ਹਾਊਸ ਆਫ ਕਾਮਨਸ ਦੇ ਸਪੀਕਰ ਸੀ ਉਹਨਾਂ ਨੇ ਵਰਬਲੀ ਸਾਰੇ ਹਾਊਸ ਤੋਂ ਸਾਡੇ ਵੱਲੋਂ ਉਹਨਾਂ ਨੇ ਮਾਫ਼ੀ ਮੰਗੀ ਅਤੇ ਨਾਲ ਹੀ ਕਿਹਾ ਕਿ ਸਾਨੂੰ ਸਾਡੇ ਐਡਰੈਸ ਦੇ ਉੱਤੇ ਰਿਟਨ ਮਾਫ਼ੀਨਾਮਾ ਵੀ ਭੇਜਣਗੇ ਉਹ। ਸਾਨੂੰ ਪੁਲਿਸ ਨੇ ਜਦੋਂ ਸਾਡੀ ਸਟੇਟਮੈਂਟ ਦਰਜ ਕੀਤੀ ਹੈ ਬਿਲਕੁਲ ਅਸੀਂ ਉਹਦੇ ਵਿੱਚ ਰੂਬਰੂ ਜੋ ਇੰਸੀਡੈਂਟ ਬਾਏ ਇੰਸੀਡੈਂਟ ਮਿੰਟ ਬਾਏ ਮਿੰਟ ਜੋ ਜੋ ਹੋਇਆ ਜੋ ਸਾਡੀ ਨੌਲੇਜ ਟੂਵਰਡ ਬੈਸਟ ਆਫ ਆਵਰ ਨੌਲੇਜ ਕਿ ਸਾਡੇ ਨਾਲ ਪਹਿਲਾਂ ਕੀ ਹੋਇਆ, ਦੂਜੇ ਮਿੰਟ ਕੀ ਹੋਇਆ, ਤੀਜੇ ਮਿੰਟ ਅਸੀਂ ਜਦੋਂ ਕਿਊ 'ਚ ਖੜ੍ਹੇ ਸੀ ਉਸ ਟਾਈਮ ਕੀ ਹੋਇਆ, ਉਹ ਸਾਰੀ ਵਾਰਤਾ ਅਸੀਂ ਉਹਨਾਂ ਨੂੰ ਲਿਖਤੀ ਪੁਲਿਸ ਵਾਲਿਆਂ ਨੂੰ ਭੇਜੀ ਹੈ ਅਤੇ ਇੱਕ ਜਿਹੜੀ ਪ੍ਰਾਇਮਰੀ ਸਟੇਟਮੈਂਟ ਜਿਹੜੀ ਅਸੀਂ 5 ਮਿੰਟਾਂ ਦੇ ਵਿੱਚ ਉਹਨਾਂ ਨੂੰ ਬਿਆਨ ਕਰ ਸਕਦੇ ਸੀ ਅਸੀਂ ਉਸੇ ਵੇਲੇ ਪਾਰਲੀਮੈਂਟ ਦੇ ਅੰਦਰ ਉਹਨਾਂ ਨੂੰ ਦਰਜ ਕਰਾਈ ਸੀ। ਦੇਖੋ ਅਸੀਂ CCTV ਕੈਮਰੇ ਦੀ ਫੁਟੇਜ ਮੰਗ ਕੀਤੀ ਹੈ, ਬੰਦਾ ਅਰੈਸਟ ਹੋਵੇ ਇਹ ਵੀ ਬਹੁਤ ਜ਼ਰੂਰੀ ਹੈ, ਪਰ ਉਸ ਤੋਂ ਕਿਤੇ ਜ਼ਿਆਦਾ ਜ਼ਰੂਰੀ ਹੈ ਕਿ ਰੇਸਿਜ਼ਮ ਐਂਡ ਹੋਵੇ, ਹੇਟ ਜਿਹੜੀ ਹੈ ਇਹ ਜਿਹੜੀ ਈਰਸ਼ਾ ਹੈ ਇਹ ਬੰਦ ਹੋਵੇ। ਇੱਕ ਬੰਦੇ ਦੇ ਫੜੇ ਜਾਣ ਨਾਲ ਇਹ ਈਰਸ਼ਾ ਨਹੀਂ ਖਤਮ ਹੋਣੀ, ਸਾਨੂੰ ਰਲ ਕੇ ਸਾਰੀਆਂ ਸਰਕਾਰਾਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਰਲ ਕੇ ਇਹ ਮਿਸ਼ਨ ਨੂੰ ਅੱਗੇ ਲੈ ਕੇ ਜਾਣਾ ਪਊਗਾ, ਜਿਹਦੇ ਕਰਕੇ ਅਸੀਂ ਸਾਡਾ ਵਾਤਾਵਰਨ ਦਾ ਪ੍ਰੋਜੈਕਟ ਨੂੰ ਵੀ ਅੱਗੇ ਕਰ ਰਹੇ ਹਾਂ ਕਿ ਇਹ ਇਹੋ ਜਿਹੇ ਪ੍ਰੋਜੈਕਟਸ ਹੋਣ ਕਿ ਜਿਨ੍ਹਾਂ ਰਾਹੀਂ ਸਿੱਖਾਂ ਦੀ, ਮੁਸਲਮਾਨਾਂ ਦੀ ਅਤੇ ਹਰੇਕ ਭਾਈਚਾਰੇ ਦੀ ਪਹਿਚਾਣ ਉੱਪਰ ਆ ਸਕੇ, ਲੋਕ ਸਮਝ ਸਕਣ ਕਿ ਧਰਮ ਜਿਹੜਾ ਉਹ ਡਿਵਾਈਡ ਨਹੀਂ ਕਰਨਾ ਚਾਹੁੰਦਾ, ਕਿਸੇ ਨੂੰ ਸ਼ਿਕਾਰ ਨਹੀਂ ਕਰਨਾ ਚਾਹੁੰਦਾ, ਧਰਮ ਤਾਂ ਮਿਲ ਕੇ ਰਹਿਣ ਦਾ, ਪਿਆਰ ਦਾ, ਮਿਲਵਰਤਨ ਦਾ, ਪੀਸ ਦਾ ਸੰਦੇਸ਼ ਦਿੰਦਾ, ਪਿਆਰ ਦਾ ਸੰਦੇਸ਼ ਦਿੰਦਾ। ਅਸੀਂ ਇਹੋ ਜਿਹੇ ਪ੍ਰੋਜੈਕਟਸ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ।